ਤੁਸੀਂ ਭਜਨ ਕਰੋ। ਭਜਨ ਤੋਂ ਬਾਅਦ ਕੋਈ ਐਸੀ ਪਿਕਚਰ ਤੁਸੀਂ ਵੇਖੀ ਜਿਹਦੇ ਵਿੱਚ ਅਸ਼ਲੀਲਤਾ ਹੈ, ਕੋਈ ਐਸੇ ਸੀਨ ਵੇਖੇ ਜਿਹਦੇ ਵਿੱਚ ਅਸ਼ਲੀਲਤਾ ਹੈ, ਜਦੋਂ ਭਜਨ 'ਚ ਬੈਠੋਗੇ ਨਾ ਉਹ ਚੀਜ਼ ਤੁਹਾਡੇ ਸਾਹਮਣੇ ਘੁੰਮਣੀ ਸ਼ੁਰੂ ਹੋ ਜਾਏਗੀ। ਆਖੋ ਸਤਨਾਮ, ਘੁੰਮਣੀ ਸ਼ੁਰੂ ਹੋ ਜਾਏਗੀ। ਮੈਂ ਸੱਚ ਕਹਿ ਰਿਹਾ, ਇਹਨੂੰ ਕੋਈ ਫੀਲ ਨਾ ਕਰੇ। 80% ਉਹ ਚੀਜ਼ਾਂ ਅੰਦਰ ਜਾਂਦੀਆਂ ਜੋ ਕੁਝ ਅੱਖਾਂ ਵੇਖਦੀਆਂ ਨੇ। ਆਖੋ ਸਤਨਾਮ। 80% ਬਾਕੀ 20% ਕੰਨਾਂ ਤੋਂ ਰਸਨਾ ਤੋਂ ਚੀਜ਼ਾਂ ਅੰਦਰ ਜਾਂਦੀਆਂ, 80% ਚੀਜ਼ਾਂ ਗੰਧ ਜਾਂ ਚੰਗਾ ਅੱਖਾਂ ਤੋਂ ਅੰਦਰ ਜਾਂਦਾ ਹੈ ਜੋ ਕੁਝ ਵੇਖੋਗੇ। ਤੇ ਅੱਜ ਕੱਲ ਫਿਲਮਾਂ ਦੇ ਵਿੱਚ, ਨਾਟਕ ਚੇਟਕਾਂ ਦੇ ਵਿੱਚ, ਹੋਰ ਐਸੀਆਂ ਚੀਜ਼ਾਂ ਦੇ ਵਿੱਚ ਆਪ ਸੂਝਵਾਨ ਬੈਠੇ ਹੋ, ਕਿਹੋ ਜਿਹੇ ਕੱਪੜੇ ਨੇ, ਕਿਹੋ ਜਿਹੀਆਂ ਵਿਚਾਰਾਂ ਨੇ, ਕਿਹੋ ਜਿਹਾ ਪਹਿਰਾਵੇ ਨੇ, ਕਿਹੋ ਜਿਹੀਆਂ ਬੋਲੀਆਂ ਨੇ। ਆਖੋ ਸਤਨਾਮ। ਜਦੋਂ ਭਜਨ ਕਰਨ ਬੈਠੋਗੇ ਬਿਰਤੀ ਤੁਹਾਡੀ ਖਿੰਡੇਗੀ। ਮੇਰੇ ਸਾਹਿਬ ਕਹਿੰਦੇ ਹਰ ਉਸ ਸ਼ੈ ਤੋਂ ਕਿਨਾਰਾ ਕਰ, ਹਰ ਉਸ ਸ਼ੈ ਤੋਂ ਕਿਨਾਰਾ ਕਰ ਜਿਹੜੀ ਸ਼ੈ ਤੇਰੇ ਮਨ ਦੇ ਖਿੰਡਾਓ ਦਾ ਕਾਰਨ ਹੈ। ਆਖੋ ਸਤਨਾਮ। ਇਹ ਸਭ ਤੋਂ ਵੱਡਾ ਕਾਰਨ ਜੇ ਟੈਲੀਵਿਜ਼ਨ, ਸਭ ਤੋਂ ਵੱਡਾ ਕਾਰਨ ਜੇ ਆ ਸਿਨੇਮੇ ਹਾਲ। ਕੋਸ਼ਿਸ਼ ਕਰੋ ਇਸ ਚੀਜ਼ ਨੂੰ ਘਟਾਓ, ਕੋਸ਼ਿਸ਼। ਆਪਾਂ ਕਹਿੰਦੇ ਹਾਂ ਐਂਟਰਟੇਨਮੈਂਟ ਵਾਸਤੇ, ਥੋੜਾ ਜਿਹਾ ਐਂਟਰਟੇਨਮੈਂਟ ਵਾਸਤੇ, ਪਰ ਐਂਟਰਟੇਨਮੈਂਟ ਦੇ ਨਾਮ ਦੇ ਥੱਲੇ ਕਿਤਨਾ ਕੁਝ ਅੰਦਰ ਗੰਦ ਜਾ ਰਿਹਾ ਹੈ, ਕਿਤਨਾ ਕੁਝ ਗੰਦ ਅੰਦਰ ਜਾ ਰਿਹਾ ਜਿਹੜਾ ਮਨ ਨੂੰ ਟਿਕਣ ਹੀ ਨਹੀਂ ਦੇ ਰਿਹਾ, ਸ਼ਾਂਤੀ ਨਹੀਂ ਹੋਣ ਦੇ ਰਿਹਾ। ਇੰਨੇ ਵਿਚਾਰਾਂ ਦੇ ਉਬਾਲ ਆਉਂਦੇ ਨੇ, ਟਿਕਦਾ ਹੀ ਨਹੀਂ। ਆਖੋ ਸਤਨਾਮ।